ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਤੇ ਅੰਮ੍ਰਿਤਸਰ ਪੂਰਬੀ ਹਲਕੇ ਵਿੱਚ ਪੈਂਦੇ ਵਾਰਡ ਨੰਬਰ 30 ਤੋਂ ਕੌਂਸਲਰ ਅਜੀਤ ਸਿੰਘ ਭਾਟੀਆ ਤੇ ਕੁਝ ਨੌਜਵਾਨਾਂ ਨੇ ਹਮਲਾ ਕਰ ਦਿੱਤਾ ਹੈ। ਅਜੀਤ ਸਿੰਘ ਭਾਟੀਆ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਕਾਫੀ ਕਰੀਬ ਮੰਨੇ ਜਾਂਦੇ ਹਨ। ਇਸ ਘਟਨਾ ਦੀ ਵੀਡੀਓ ਵੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਕੌਂਸਲਰ ਅਜੀਤ ਸਿੰਘ ਭਾਟੀਆ ਦੇ ਮੁਤਾਬਿਕ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਵਾਰਡ 'ਚ ਟਿਊਬਵੈੱਲ ਦਾ ਉਦਘਾਟਨ ਕਰਨ ਆ ਰਹੇ ਸਨ। ਇਸਦੇ ਚਲਦੇ ਉਹ ਗਲੀ ਮੁਹੱਲੇ ਦੇ ਲੋਕਾਂ ਨੂੰ ਇਕੱਠਾ ਕਰ ਰਹੇ ਸਨ। ਇਸੇ ਦੌਰਾਨ ਕੁਝ ਨੌਜਵਾਨਾਂ ਨੇ ਉਹਨਾਂ ਤੇ ਹਮਲਾ ਬੋਲ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਹਮਲਾ ਕਰਨ ਵਾਲੇ ਨੌਜਵਾਨ ਵਾਰਡ ਵਿੱਚ ਕੰਮ ਨਾ ਹੋਣ ਕਾਰਨ ਨਾਰਾਜ਼ ਸਨ। ਮਿਲੀ ਜਾਣਕਾਰੀ ਮੁਤਾਬਿਕ ਹਮਲਾ ਕਰਨ ਵਾਲੇ ਨੌਜਵਾਨ ਵੀ ਉਹਨਾਂ ਦੇ ਵਾਰਡ ਤੇ ਹੀ ਦੱਸੇ ਜਾ ਰਹੇ ਨੇ। ਹਰ ਵਕਤ ਕੋਈ ਨਾ ਕੋਈ ਕੰਮ ਕਰਾਈ ਰਹੀ ਹੈ, ਕਰਦੇ ਰਹੀ। ਅੱਜ ਵੀ ਵਾਰਡ ਦੇ ਵਿੱਚ ਇੱਕ ਟਿਊਬਵੈੱਲ ਦਾ ਮੂਰਤ ਸੀਗਾ, ਮੈਡਮ ਸਿੱਧੂ ਉਹਨਾਂ ਨੇ ਕਰਨਾ ਸੀਗਾ, ਅਤੇ ਮੈਂ ਇੱਥੋਂ ਸਾਰੇ ਬੰਦੇ ਜਿਹੜੇ ਉੱਥੇ ਖੜ ਰਿਹਾ ਸੀ ਉਹ ਉੱਥੇ ਭੇਜ ਦਿੱਤੇ ਸੀ। ਮੈਂ ਆਪ ਖੜਾ ਰਿਹਾ ਕਿ ਮੈਂ ਕਿਹਾ ਯਾਰ ਮੈਂ ਕੋਈ ਬੰਦਾ ਬਾਅਦ 'ਚ ਨਾ ਆ ਜਾਵੇ ਅਤੇ ਉਹਨੂੰ ਮੈਂ ਲੈ ਕੇ ਆਉਣਾ। ਮੈਂ ਤਾਂ ਖੜਾ ਉੰਨੀ ਦੇਰ ਦੇ ਵਿੱਚ ਇਹ ਦੋ ਕੋਠੀਆਂ ਛੱਡ ਕੇ ਤੀਸਰੀ ਕੋਠੀ 'ਤੇ ਕੋਈ ਚਾਰ ਪੰਜ ਬੰਦੇ ਸੀਗੇ ਅਤੇ ਚਾਰ ਜਨਾਨੀਆਂ ਸੀਗੀਆਂ। ਉਹਨਾਂ ਮੈਨੂੰ ਇਸ਼ਾਰਾ ਕੀਤਾ ਇਸ ਤਰ੍ਹਾਂ ਭਾਟੀਆ ਜੀ, ਉਹ ਜਦੋਂ ਮੇਰੇ ਬੰਦੇ ਸੀਗੇ ਉਹ ਆਏ ਨਹੀਂ, ਉਹਨਾਂ ਨੂੰ ਪਤਾ ਝਗੜਾ ਹੋਏਗਾ ਜਾਂ ਉਹ ਪ੍ਰੀ ਪਲੈਨ ਹੋਣੇ ਨੇ ਇੱਕ ਗੱਲ ਇਹ ਆ ਗੱਲ ਹੈ। ਮੈਨੂੰ ਬੁਲਾਇਆ ਕਹਿੰਦਾ ਜੀ ਉਹ ਮੈਡਮ ਇੱਕ ਬੋਲੀ ਕਹਿੰਦੇ ਸਰ ਜੀ ਤਿੰਨ ਨੰਬਰ ਗਲੀ ਦਾ ਕੀ ਕੀਤਾ ਹੈਗਾ। ਮੈਂ ਨਹੀਂ ਪਹਿਚਾਣਦਾ ਉਹਨੂੰ, ਪਹਿਚਾਣਦਾ ਹੁੰਦਾ ਫਿਰ ਤਾਂ ਮੈਂ ਕਹਿ ਦਿੰਦਾ। ਉਹਦੇ ਇੱਕ ਕਿਸਮ ਦੀਆਂ ਧਮਕੀਆਂ ਦੇ ਗਿਆ ਪਹਿਚਾ, ਹੁਣ ਉਹ ਏ ਸੀ ਪੀ ਸਾਹਿਬ ਆਏ ਸੀਗੇ ਆਪੇ ਕਰਨਗੇ, ਉਹ ਹੋ ਹੀ ਜਾਣਾ ਜੀ। ਕਿੰਨੇ ਬੰਦੇ ਸੀ ਟੋਟਲ? ਉਹ ਬੰਦੇ ਕਰੀਬ ਤਿੰਨ ਬੰਦੇ ਚਾਰ ਸੀਗੇ, ਚਾਰ ਜਨਾਨੀਆਂ ਸੀ। ਕੋਈ ਹਥਿਆਰ ਸੀ ਲੱਗਦਾ ਸੀ ਹੁਣ, ਮਤਲਬ ਕਿ ਵੀ ਮੈਨੂੰ ਇਹ ਸ਼ੱਕ ਸੀਗਾ ਕਿ ਉਹਨਾਂ ਕੋਲ ਹੋ ਸਕਦਾ। ਸਭ ਦੇ ਪੀ ਏ ਨਾਲ ਗੱਲ ਹੋਈ ਹੈ, ਮੈਡਮ ਸਿੱਧੂ ਨਾਲ ਹੋਈ ਹੈ, ਉਹ ਗੁਰਬਲਾਰੀਆ ਸਾਹਿਬ ਨਾਲ ਹੋਈ ਹੈ, ਸਾਰਿਆਂ ਨਾਲ ਹੋ ਰਹੀ ਹੈ। ਰਮਨਜੀ ਬਖਸ਼ੀ ਜੀ ਇੱਥੇ ਆਏ ਨੇ, ਸਾਰੇ ਮੇਰੇ ਮਿੱਤਰ ਨੇ, ਅਤੇ ਦੇਖੋ ਕਾਰਵਾਈ ਹੋਏਗੀ, ਕਿਉਂ ਨਹੀਂ ਹੋਏਗੀ, ਜ਼ਰੂਰ। ਮੈਨੂੰ ਮਾਣ ਹੈ, ਮੈਨੂੰ ਪਤਾ ਆਪਣੀ ਕੀ ਉਮੀਦ ਕਰਦੇ ਹੋ। ਫਿਲਹਾਲ ਪੀੜਿਤ ਕੌਂਸਲਰ ਨੂੰ ਮਿਲਣ ਪਹੁੰਚੇ ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾਵਾਂ ਦਾ ਕਹਿਣਾ ਹੈ ਕਿ ਆਰੋਪੀਆਂ 'ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਬਹੁਤ ਜ਼ਿਆਦਾ ਦੁੱਖ ਵਾਲੀ ਗੱਲ ਆ, ਕਿਉਂਕਿ ਕੌਂਸਲਰ ਜਿਹੜੇ ਖਾਸ ਕਰਕੇ ਭਾਟੀਆ ਸਾਹਿਬ ਸਾਡੇ ਸਾਰਿਆਂ ਦੇ ਬਜ਼ੁਰਗ ਆ ਅਤੇ ਬਹੁਤ ਪੁਰਾਣੇ ਕੌਂਸਲਰ ਆ, ਸਾਡੀ ਕਾਰਪੋਰੇਸ਼ਨ 'ਚ ਸੀਨੀਅਰ ਮੋਸਟ ਕੌਂਸਲਰ ਆ। ਇਹੋ ਜਿਹੀ ਹਰਕਤ ਕਰਨੀ, ਕਿਉਂਕਿ ਕੌਂਸਲਰ ਇੱਕ 24 ਘੰਟੇ ਦਾ ਸੇਵਾਦਾਰ ਆ ਲੋਕਾਂ ਦਾ, MLA MP ਦੇ ਘਰ ਦੇ ਬਾਹਰ ਗਨਮੈਨ ਹੁੰਦੇ ਆ ਲੋਕ, ਪਰ ਕੌਂਸਲਰ ਇੱਕ ਐਸੀ ਗੱਲ ਚੀਜ਼ ਆ ਜਿਹਦੇ 'ਚ ਰਾਤ 2:30 ਵਜੇ ਵੀ ਕਿਸੇ ਨੇ ਆਉਣਾ, 3 ਵਜੇ ਵੀ ਆਉਣਾ, ਗਲੀਆਂ ਦੇ ਵਿੱਚ ਕਿਸੇ ਵੇਲੇ ਵੀ ਕੋਈ ਸਮੱਸਿਆ ਆਉਣੀ। ਪਰ ਇਹੋ ਜਿਹੜੇ ਸਮਾਜ ਵਿਰੋਧੀ ਅੰਸਰ ਆ ਉਹਨਾਂ ਨੂੰ ਇਹ ਹਰਕਤ, ਮੈਂ ਸਮਝਦਾ ਇਹ ਪਹਾੜੇ ਦੇ ਟੱਟੂਆਂ ਦਾ ਕੰਮ ਆ। ਪੁਲਿਸ ਨੂੰ ਘੱਟੋ ਘੱਟ ਜਿਹੜਾ ਵੀ ਇਹਦੇ ਪਿੱਛੇ ਹੈਗਾ ਜਿਹਨੇ ਵੀ ਹਰਕਤ ਕੀਤੀ ਆ ਉਹਨੂੰ ਘੱਟੋ ਘੱਟ ਜ਼ਰੂਰ ਸਾਹਮਣੇ ਲਿਆਉਣਾ ਚਾਹੀਦਾ, ਤਾਂ ਜੋ ਸਮਾਜ ਦੇ ਵਿੱਚ ਉਹਦਾ ਚਿਹਰਾ ਨੰਗਾ ਹੋ ਸਕੇ ਅਤੇ ਉਹਦੇ ਨਾਲ ਨਾਲ ਅੱਗੋਂ ਵਾਸਤੇ ਇਹੋ ਜਿਹੀ ਗੱਲ ਨਾ ਹੋਵੇ। ਸਾਡੇ ਕੌਂਸਲਰ ਸਾਥੀਆਂ ਦੇ ਵਿੱਚ ਵੀ ਇਸ ਗੱਲ ਦਾ ਬਹੁਤ ਰੋਹ ਆ, ਖਾਸ ਕਰਕੇ MLA ਸਾਹਿਬ ਹਨ ਜਿਹੜੇ ਅੰਮ੍ਰਿਤਸਰ ਦੇ, ਜੁਗਲ ਕਿਸ਼ੋਰ ਜੀ, ਸਾਰਿਆਂ 'ਚ ਬਹੁਤ ਰੋਹ ਆ। ਪਰ ਇਹਦੀ ਜਿਹੜੀ ਅਖੀਰ ਤੱਕ ਪਹੁੰਚਿਆ ਜਾਊਗਾ ਵੀ ਕਿੰਨੇ ਹਰਕਤ ਕੀਤੀ ਆ ਅਤੇ ਤਾਂ ਜੋ ਅੱਗੋਂ ਇਹੋ ਜਿਹੀ ਹਰਕਤ ਨਾ ਹੋ। ਵੀਡੀਓ 'ਚ ਨਜ਼ਰ ਆ ਰਿਹਾ ਹੈ ਕਿ ਜਿਸ ਨੌਜਵਾਨ ਨੇ ਕੌਂਸਲਰ ਦੇ ਥੱਪੜ ਮਾਰਿਆ ਹੈ ਉਸਦਾ ਚਿਹਰਾ ਢੱਕਿਆ ਹੋਇਆ ਸੀ, ਜਦਕਿ ਬਾਕੀਆਂ ਦੇ ਚਿਹਰੇ ਨਹੀਂ ਢੱਕੇ ਸਨ। ਅੰਮ੍ਰਿਤਸਰ ਤੋਂ ਕੈਮਰਾਮੈਨ ਸਾਜਨ ਚੌਹਾਨ ਦੇ ਨਾਲ ਧਰਮਵੀਰ ਗਿੱਲ, ਖਬਰ ਹਰਪਲ, ਇੰਡੀਆ ਲਈ।